सोहनी सोहनी सवेर दे नाल सारिआं नूं गुड मॉर्निंग कहिंदे होए ते अज दे ब्लॉग दी करदे आं स्टार्टिंग। अजे बहुत नेरा है क्योंकि 5:30 दा टाइम है, तो मैं सवेरे 2 ग्लास जिहड़े गर्म पानी दे पी के ते 1/2 घंटे दी सैर कर चुकी हाँ। वैसे तो तकरीबन सारे उठ ही चुके, असीं बहुत जल्दी उठ चाहिए, काफ़ी नेरा है। कोई भी नहीं आ रहा, मैं हुण सीढ़ी दे विच छुप के बैठ गई हाँ। मेरे नाल हुंदी इदां ही है कि जदों मैं उपर हुंनी हाँ तो उदों कोई भी नहीं आंदा, सब उड़ जांदे आ। देखदे आ हुण किन्नी देर च आ रहे आ। सामने टंकी आ, उत्थे बैठे हुंदे। ओ माई गॉड, शायद मैनूं डरा रहे आ। पर उधर सारे कंधां दे उत्ते टंकियां दे उत्ते आ गए आ, पर छत ते नहीं आ रहे सी। फिर ट्राई करदी हाँ कि कोई आया, देखदे आ। नहीं, अज नहीं आने वाले। ये मेरे तो वाकई इन्हों एलर्जी है, सब दौड़ गए। देखो चलो
ਚੱਲਦੇ ਆ ਨਿਰਾਸ਼ ਹੋ ਕੇ ਬੰਦੇ ਇੱਧਰ ਉੱਧਰ ਇੱਧਰ ਉੱਧਰ ਆ ਦੇਖੋ ਪਰ ਉੱਪਰ ਨਹੀਂ ਜਾ ਰਹੇ सो मैं हूँ नारियल पानी स्कूल पी के जाऊंगी। ये थोड़ा घट निकलिया कल ना तो एक्साइटमेंट कितने दिन बाद ठीक हो गए। हम स्कूल जाना है, हम स्टडी रेगुलर करो करो, स्टडी रेगुलर ही होनी चाहिए। की कहंदे मैरी गोल्ड एको ही हो गया छोटू जिया और या गेंदा फूल आ रहा है ते ए रोज। निचर दे करीब बैठ के नारियल पानी जादू लगदी पई जादू। मैं सवेरे इस करके पी के चलनी हां क्योंकि मैं रोज सवेरे पींदी हां ते आज दी रूटीन नहीं ता टूट जानी सीगी, फिर मैं शाम नु आके पीऊंगी। शाम नु तो पीना ही है, एक रह गया आज होर लेके आणगे। एक पासे नारियल पानी ते दूजे पासे चाह। तुसी भी नारियल पानी पी लेना सी। मैं बीमार थोड़ा, मैं तो ठीक हूँ। बीमार थोड़ी पींदे होंदे आ नारियल पानी। एक होर सी मैं क्या साइड पे ला लेंदे, ठीक नहीं अजे भी दवाई खवा के भेज रहे हैं। अजय जी अज का दिन तो कल का दिन दवाई चलनी है जी। ऑटो कवर होने दे नाल ना हवा नहीं लगती है। हां हवा नहीं लगूगी इनू, हुन कवर हो गई है, सेफ्टी हुंदी है ना। ਇਹ ਤਾਂ ਪਰਮਾਨ ਤੁਸੀਂ ਲਾ ਹੀ ਰੱਖ ਦਿਆ ਕਰੋ ਕਿਉਂਕਿ ਸਵਾਰੀਆਂ ਵੀ ਚਾਹੁੰਦੀਆਂ ਹੁਣ। ਸੀਮਾ ਸਫਾਈ ਕਰਦੀ ਹੈ। ਹਾਂ ਦੁਪਹਿਰ ਨੂੰ ਜਦੋਂ ਜ਼ਿਆਦਾ ਗਰਮੀ ਲੱਗਦੀ ਉਦੋਂ ਲਾ ਚੱਕਤਾ ਉੱਪਰ ਨੂੰ, ਦਿਨੇ ਅਤੇ ਰਾਤ ਨੂੰ ਜ਼ਰੂਰ ਲਾਓ ਕਿਉਂਕਿ ਅੱਛਾ ਸਾਰਾ ਦਿਨ ਕੰਮ ਨਹੀਂ ਖਤਮ ਹੁੰਦੇ। ਖਾਸ ਕਰਕੇ ਸਰਦੀਆਂ ਦੇ ਵਿੱਚ ਕੱਪੜਿਆਂ ਦਾ ਕੰਮ ਤਾਂ ਇੰਨਾ ਜ਼ਿਆਦਾ ਹੁੰਦਾ, ਮਤਲਬ ਕੱਪੜੇ ਧੋਣੇ ਤਾਂ ਫਿਰ ਵੀ ਸੌਖੇ ਆ ਪਰ ਸੰਭਾਲਣੇ ਪ੍ਰੈਸ ਕਰਨੇ ਬਹੁਤ ਔਖਾ ਕੰਮ ਆ। ਸਾਰਾ ਦਿਨ ਨਿਕਲ ਜਾਂਦਾ ਕੱਪੜੇ ਸੰਭਾਲਦੇ ਹਾਂ। ਇੱਕ ਤਾਂ ਸਰਦੀ ਦੇ ਜਿਹੜੇ ਕੱਪੜੇ ਆ ਉਹ ਜਗ੍ਹਾ ਬਹੁਤ ਘੇਰਦੇ ਆ ਅਤੇ ਬੜਾ ਮੁਸ਼ਕਲ ਹੋ ਜਾਂਦਾ ਆ, ਪਹਿਲਾਂ ਇਹਨਾਂ ਨੂੰ ਧੋਣਾ ਫਿਰ ਇਹਨਾਂ ਨੂੰ ਪ੍ਰੈਸ ਕਰਨਾ। ਸੋਹਣੀ ਲੱਗਦੀ ਹੈ ਨਾ, ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣੀ ਤਾਰੀਫ ਆਪੇ ਹੀ ਕਰ ਲੈਂਦੀ ਹੁੰਦੀ ਹਾਂ। ਪਰ ਇੱਕ ਗੱਲ ਦੱਸਦਾ, ਇਹ ਜੈਕਟ ਮੇਰੀ ਨਹੀਂ ਹੈ, ਇਹ ਜੈਕਟ ਪਾਰਸ ਦੀ ਹੈ। ਹੁਣ ਪਤਾ ਨਹੀਂ ਪਾਰਸ ਕੀ ਕਹੂਗਾ ਆ ਕੇ। ਮੋਰਨਿੰਗ ਰੂਟੀਨ ਤੋਂ ਬਾਅਦ ਕੰਮ ਕਰਦਿਆਂ ਕਰਦਿਆਂ 11-12 ਵੱਜ ਹੀ ਜਾਂਦੇ ਆ, ਪਰ ਮੈਂ ਅੱਜ ਥੋੜ੍ਹਾ ਜਿਹਾ ਜਲਦੀ ਫ੍ਰੀ ਹੋ ਗਈ ਸੀ ਕਿਉਂਕਿ ਮੈਂ ਜਾਣਾ ਮਾਰਕੀਟ। ਮੈਨੂੰ ਇਹ ਹੁੰਦਾ ਹੈ ਕਿ ਮੈਂ ਇਹਦੇ ਅਤੇ ਉਹਦੇ ਪਾਪਾ ਦੇ ਆਉਣ ਤੋਂ ਪਹਿਲਾਂ ਪਹਿਲਾਂ ਲੰਚ ਟਾਈਮ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੇਰਾ ਕੋਈ ਵੀ ਕੰਮ ਮਾਰਕੀਟ ਦਾ ਹੋਵੇ ਜਿਹੜਾ, ਤਾਂ ਫਿਰ ਮੈਂ ਉਹ ਕਰਿਆ ਵਾਂ ਅਤੇ ਤਾਂ ਕਿ ਉਹਨਾਂ ਦੇ ਆਉਣ ਤੱਕ ਫਿਰ ਮੈਂ ਘਰ ਹੋਵਾਂ। ਹੁਣ ਮੈਂ ਤਾਂ ਅਭੀ ਅਸੀਂ ਮਾਰਕੀਟ ਜਾ ਰਹੇ ਹਾਂ, ਆ ਕੇ ਮਿਲਦੀ ਹਾਂ ਬਾਏ। 1:30 ਵੱਜ ਚੁੱਕਾ ਹੈ ਅਤੇ ਮੈਂ ਅਤੇ ਪਾਪਾ ਆ ਚੁੱਕੇ ਨੇ ਅਤੇ ਉਹਨਾਂ ਨੇ ਖਾਣਾ ਨਹੀਂ ਖਾਣਾ ਸਵੇਰੇ। ਮੈਂ ਵੈਸੇ ਮਟਰ ਪਨੀਰ ਬਣਾਇਆ ਸੀ ਅਤੇ ਉਹ ਕਹਿੰਦੇ ਕਿ ਨਹੀਂ ਮੈਂ ਰੋਟੀ ਨਹੀਂ ਖਾਣੀ ਹੈ ਤਾਂ ਮੈਂ ਬ੍ਰੈਡ ਟੋਸਟ ਖਾਣਾ, ਤਾਂ ਹੁਣ ਮੈਂ ਉਹਨਾਂ ਲਈ ਐਗ ਸੈਂਡਵਿਚ ਤਿਆਰ ਕਰਨ ਲੱਗੀ ਹਾਂ। ਆ ਜਾਓ ਤੁਸੀਂ ਵੀ ਖਾ ਲਓ। ਮੈਂ ਤਾਂ ਸਕੂਲ ਗਈ ਹੋਈ ਆ,
अपने टिफिन दे विच कुछ ब्रेड थोड़े जे बादाम ते उन्हों मैं वाइट सैंडविच पा दिता सी क्योंकि उहदे मूंह पक्का होया मूंह दे विच होया छाला ते उहदे कोलो बिलकुल भी कुछ मिर्च वाला जां नमक नहीं खाधा जांदा ते पता नहीं स्कूलों खा के आउंदी है जां नहीं मैं एप्पल भी उहनूं नाल दिता सी ते देखदे आ हुण आ के मैनूं नहीं पता उहने की खाणा आ ते 4 बजे घर पहुंचेगी 4 जां 4:15 दे करीब देखते हैं फिर की खांदी आ के सैंडविच हो गए रेडी किसी ਦੇ ਆਣ ਦੇ ਕਰਕੇ ਸਵੇਰੇ ਅਸੀਂ ਮਾਰਕੀਟ ਨਹੀਂ ਜਾ ਸਕੇ ਸੀ ਤੇ ਹੁਣ 2:30 ਵੱਜ ਚੁੱਕੇ ਆ ਤੇ ਹਜੇ ਮਹਿਕ ਦੇ ਆਣ ਦੇ ਵਿੱਚ ਟਾਈਮ ਹੈ ਤੇ ਹੁਣ ਮਹਿਕ ਦੇ ਪਾਪਾ ਆਏ ਆ ਤੇ ਅਸੀਂ ਆਪਣਾ ਮਾਰਕੀਟ ਦਾ ਜਿਹੜਾ ਕੰਮ ਉਹ ਕਰਕੇ ਹਜੇ ਟਾਈਮ ਹੈ ਅਸੀਂ ਟਾਈਮ ਦੇ ਨਾਲ ਵਾਪਸ ਆ ਸਕਦੇ ਹਾਂ ਸਾਨੂੰ ਘਰੇਲੂ ਲੈਣੀ ਚਾਹੀਦੀ ਜਿਹੜਾ ਕੰਮ ਹੈ ਕੰਮ ਹਾਂਜੀ 4:30 ਵੱਜ ਚੁੱਕੇ ਨੇ ਤੇ ਅਸੀਂ ਮਾਰਕੀਟ ਤੋਂ ਵਾਪਸ ਆ ਗਏ ਤੇ ਆ ਕੇ ਮਹਿਕ ਨੂੰ ਖਾਣਾ ਦਿੱਤਾ ਤੇ ਉਹ ਹੁਣ ਟਿਊਸ਼ਨ ਜਾ ਚੁੱਕੀ ਹੈ ਤੇ ਕਾਫੀ ਬਿਜ਼ੀ ਹੋਣ ਦੇ ਕਰਕੇ ਹੁਣ ਵਲੌਗ ਦੇ ਵਿੱਚ ਘੱਟ ਹੀ ਹੋਇਆ ਕਰੂਗੀ ਕਿਉਂਕਿ ਸਕੂਲ ਵੀ ਰੈਗੂਲਰ ਕਰੂਗੀ ਅੱਗੇ ਪੇਪਰ ਆਉਣ ਵਾਲੇ ਆ ਤਾਂ ਉਹਨੂੰ ਬਹੁਤ ਹਾਰਡ ਵਰਕ ਦੀ ਜ਼ਰੂਰਤ ਹੈ ਤੇ ਹੁਣ ਬਸ ਇਹੀ ਕਹਿੰਦਿਆਂ ਹੋਇਆ ਵਲੌਗ ਦਾ ਸਾਨੂੰ ਐਂਡ ਕਰਨਾ ਪਏਗਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਕਰੋ ਅਤੇ ਕੱਲ੍ਹ ਦੇ ਇੱਕ ਨਵੇਂ ਵਲੌਗ ਦੇ ਨਾਲ ਤੁਹਾਡੇ ਨਾਲ ਫੇਰ ਮੁਲਾਕਾਤ ਕਰਾਂਗੇ ਅਤੇ ਧੰਨਵਾਦ ਜੀ ਬਾਏ ਬਾਏ